ਵੀਡੀਓ ਸਾਡੇ ਕਿਸ ਬਾਰੇ ਹੋਣ ਵਾਲੀ ਆ ਅਤੇ ਆਈ ਐਮ ਫਾਈਨਲੀ ਇਨ ਕੈਨੇਡਾ ਅਤੇ ਮੈਂ ਡਾਇਰੈਕਟ ਰੂਟ ਤਾਂ ਬਣਦੀ ਆ ਉਹ ਤਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਤੇ ਇਸ ਲਈ ਮੈਂ ਇਨਡਾਇਰੈਕਟ ਰੂਟ ਦੇ ਥਰੂ ਆਇਆ ਜੇ ਤੁਹਾਨੂੰ ਪੂਰੀ ਡਿਟੇਲ ਵੀਡੀਓ ਚਾਹੀਦੀ ਹੈ ਤਾਂ ਉਹ ਮੇਰੇ ਹਿੰਦੀ ਚੈਨਲ 'ਤੇ ਆਏਗੀ ਅਤੇ ਹਿੰਦੀ ਚੈਨਲ ਦਾ ਲਿੰਕ ਮੇਰੇ ਡਿਸਕ੍ਰਿਪਸ਼ਨ 'ਚ ਬੋਕਸ 'ਚ ਹੋਊਗਾ ਉੱਥੇ ਜਾ ਕੇ ਕਲਿੱਕ ਕਰ ਦਿਓ ਅਤੇ ਉਹ ਚੈਨਲ ਆ ਜੂਗਾ ਉਹਨੂੰ ਸਬਸਕ੍ਰਾਈਬ ਵੀ ਕਰ ਦਿਓ ਪਲੱਸ ਤੁਹਾਨੂੰ ਪਾਰਟ ਬਾਏ ਪਾਰਟ ਸਾਰੀ ਵੀਡੀਓਜ਼ ਆਉਣਗੀਆਂ ਲਾਈਕ ਮੇਰਾ ਜਿਹੜਾ ਰੂਟ ਸੀ ਉਹ ਮਾਲਦੀਵ ਦੇ ਥਰੂ ਸੀ ਸੋ ਇੰਡੀਆ ਟੂ ਮਾਲੇ ਇੱਦਾਂ ਇੱਕ ਪਾਰਟ ਆਊਗਾ ਫਿਰ ਦੈਨ ਮਾਲਦੀਵਸ ਟੂ ਦੋਹਾ ਦੈਨ ਦੋਹਾ ਤੋਂ ਡਿਬਲਿਨ ਫਿਰ ਡਿਬਲਿਨ ਤੋਂ ਟੋਰਾਂਟੋ ਅਤੇ ਮੇਰਾ ਜਿਹੜਾ ਇਹ ਰੂਟ ਸੀ ਉਹ 2 ਜਾਂ 2.5 ਦਿਨ ਦੇ ਅਰਾਊਂਡ ਇੰਨਾ ਕੀ ਸੀਗਾ ਬਾਰਾ ਬਹੁਤ ਲੰਬਾ ਨਹੀਂ ਸੀ ਅਤੇ ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਤੁਸੀਂ ਸਬਸਕ੍ਰਾਈਬ ਕਰੋ ਮੇਰੇ ਉਹ ਵਾਲੇ ਚੈਨਲ ਨੂੰ ਜਾ ਕੇ ਕਿਉਂਕਿ ਉਹਦੇ ਵਿੱਚ ਮੈਂ ਸਾਰੀ ਮਤਲਬ ਏਅਰਪੋਰਟਸ 'ਤੇ ਇਕੱਲੀ ਇਕੱਲੀ ਚੀਜ਼ ਦੀ ਮਤਲਬ ਵੀਡੀਓ ਬਣਾਈ ਹੈ ਮਤਲਬ ਇਮੀਗ੍ਰੇਸ਼ਨ ਦਾ ਤਾਂ ਆਫਕੋਰਸ ਨਹੀਂ ਬਣਾ ਸਕਦੇ ਬਟ ਮੈਂ ਉਹਦੇ ਉੱਥੇ ਦਾ ਐਕਸਪੀਰੀਅੰਸ ਆਪਣਾ ਜ਼ਰੂਰ ਸ਼ੇਅਰ ਕੀਤਾ ਹੋਇਆ ਅਤੇ ਜੋ ਵੀ ਮੈਨੂੰ ਦਿੱਕਤ ਪਰੇਸ਼ਾਨੀ ਆਈਆਂ ਵਾ ਅਤੇ ਜਾਂ ਈਜ਼ੀਲੀ ਹੋ ਗਿਆ ਸਾਰਾ ਕੁਛ ਉਹ ਸਾਰਾ ਤੁਹਾਨੂੰ ਇਨਫੋਰਮੇਸ਼ਨ ਉਸ ਚੈਨਲ 'ਤੇ ਮਿਲ ਜਾਏਗੀ ਅਤੇ ਫਿਲਹਾਲ ਮੈਂ ਤੁਹਾਨੂੰ ਇੱਕ ਓਵਰਵਿਊ ਦੇ ਦਿੰਦਾ ਕਿ ਮੇਰਾ ਟ੍ਰਿਪ ਜਿਹੜਾ ਆ ਜਾਂ ਮੇਰਾ ਫਲਾਈਟਸ ਕਿੱਦਾਂ ਰਹੀਆਂ ਅਤੇ ਮੇਰੀ ਜਿਹੜੀ ਫਲਾਈਟ ਸੀਗੀ ਉਹ ਲਾਈਕ ਮਾਲਦੀਵਸ ਦੇ ਥਰੂ ਸੀਗੀ 2 ਦਿਨ ਦੀ ਸੀ ਲਾਈਕ ਇੱਕ ਦਿਨ ਸਾਡਾ ਮਾਲਦੀਵਸ ਦੇ ਵਿੱਚ ਅਸੀਂ ਰਹਿਣਾ ਸੀ ਇੱਕ ਦਿਨ ਜਿਵੇਂ ਮੈਂ 10th ਅਗਸਤ ਨੂੰ ਇੱਥੇ ਮਤਲਬ ਉੱਥੋਂ ਤੁਰਿਆ ਇੰਡੀਆ ਤੋਂ ਸਾਡੀ ਮੇਰੀ ਉਦੋਂ ਫਲਾਈਟ ਸੀਗੀ 9-10 ਵਜੇ ਦੇ ਅਰਾਊਂਡ ਇੰਡੀਆ ਤੋਂ ਫਲਾਈਟ ਸੀ ਦੈਨ ਅਸੀਂ ਮਾਲਦੀਵਸ ਪਹੁੰਚ ਕੇ 12 ਕੁ ਵਜੇ ਦੇ 12:30 ਦੇ ਆਸ ਪਾਸ ਫਿਰ ਉੱਥੇ ਦੀ ਇਮੀਗ੍ਰੇਸ਼ਨ ਕ੍ਰੋਸ ਕੀਤੀ ਦੈਨ ਉੱਥੇ ਦੀ ਇਮੀਗ੍ਰੇਸ਼ਨ ਕ੍ਰੋਸ ਕਰਨ ਤੋਂ ਬਾਅਦ ਫਿਰ ਅਸੀਂ ਆਪਣੇ ਹੋਟਲ ਗਏ ਹੋਟਲ ਵਾਲੇ ਤੁਹਾਨੂੰ ਪਿਕਅਪ ਕਰਨ ਆ ਜਾਂਦੇ ਆ ਜਦੋਂ ਤੁਸੀਂ ਫੁੱਲੀ ਵੈਕਸੀਨੇਟਡ ਹੋ ਫਿਰ ਤੁਹਾਨੂੰ ਉਹ ਆਪਣੇ ਉੱਥੇ ਹੀ ਮਤਲਬ ਸੇਮ ਆਈਲੈਂਡ 'ਤੇ ਹੀ ਹੋਟਲ ਮਿਲ ਜਾਂਦਾ ਹੈ ਬਟ ਜੇ ਤੁਸੀਂ ਅਨਵੈਕਸੀਨੇਟਡ ਹੋ ਜਾਂ ਪਾਰਸ਼ਲੀ ਵੈਕਸੀਨੇਟਡ ਹੋ ਤਾਂ ਤੁਸੀਂ ਆਪਣਾ ਰਿਜ਼ੋਰਟ ਕਿਸੇ ਹੋਰ ਆਈਲੈਂਡ 'ਤੇ ਤੁਹਾਨੂੰ ਬੁੱਕ ਕਰਨਾ ਪੈਣਾ ਅਤੇ ਕੁਆਰੰਟੀਨ ਦਾ ਕੋਈ ਇੱਦਾਂ ਰੂਲ ਨਹੀਂ ਹੈਗਾ ਤੁਸੀਂ ਜਾ ਸਕਦੇ ਹੋ ਬਟ ਇਹ ਆ ਕਿ ਤੁਹਾਨੂੰ ਇੱਕ ਰਿਜ਼ੋਰਟ ਬੁੱਕ ਕਰਨਾ ਪੈਣਾ ਹੋਰ ਕਿਸੇ ਆਈਲੈਂਡ 'ਤੇ ਅਤੇ ਮੈਨੂੰ ਜਿਹੜੀ ਦਿੱਕਤ ਆਈ ਸੀ ਇੰਡੀਆ ਟੂ ਮਾਲਦੀਵਸ ਵਾਲੇ ਦੇ ਵਿੱਚ ਮੈਨੂੰ ਸਿਰਫ ਫੁੱਲ ਟ੍ਰਿਪ ਦੇ ਵਿੱਚ ਸਿਰਫ ਇੱਕ ਜਗ੍ਹਾ ਦਿੱਕਤ ਆਈ ਹੈ ਉਹ ਹੈ ਇੰਡੀਆ ਟੂ ਮਾਲਦੀਵਸ ਉਹ ਵੀ ਇੰਡੀਆ ਦੇ ਵਿੱਚ ਕਿਉਂਕਿ ਮੇਰੀ ਇੰਡੀਗੋ ਦੀ ਫਲਾਈਟ ਸੀ ਅਤੇ ਮੇਰੇ ਜਿਹੜੇ ਏਜੰਟ ਸੀ ਏਜੰਟ ਮੇਰਾ ਵਧੀਆ ਸੀ ਕਾਫੀ ਅਤੇ ਉਹਨਾਂ ਨੇ ਮੇਰੀ ਟਿਕਟ ਬੁੱਕਸ ਉਹਨਾਂ ਨੇ ਮੇਰੀ ਟਿਕਟ ਬੁੱਕ ਕੀਤੀ ਸੀ ਅਤੇ ਪਹਿਲਾਂ ਤਾਂ ਮੈਨੂੰ ਮਿਲ ਨਹੀਂ ਰਹੀ ਸੀ ਬਟ ਦੈਨ ਮੈਂ ਜਦੋਂ ਔਨਲਾਈਨ ਆਪ R&D ਕੀਤੀ ਅਤੇ ਮੈਨੂੰ ਸ਼ੋਅ ਹੋ ਰਹੀ ਸੀ ਟਿਕਟ ਦੈਨ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਆਹ ਟਿਕਟ ਸ਼ੋਅ ਹੋ ਰਹੀ ਹੈ ਦੈਨ ਉਹਨਾਂ ਨੇ ਮੇਰੀ ਉਹ ਬੁੱਕ ਕਰ ਦਿੱਤੀ ਅਤੇ ਹੋਟਲ ਵਗੈਰਾ ਉਹ ਸਾਰਾ ਕੁਛ ਉਹਨਾਂ ਨੇ ਆਪ ਕੀਤਾ ਸਾਰੀ ਮਤਲਬ ਪੈਕੇਜ ਉਹਨਾਂ ਨੇ ਬੁੱਕ ਕੀਤਾ ਜਸਟ ਮੈਂ ਉਹਨਾਂ ਨੂੰ ਕਿਹਾ ਸੀ ਕਿ ਆਹ ਅਵੇਲੇਬਲ ਹੈਗੀ ਹੈ ਫਲਾਈਟ ਇਹ ਰੂਟ ਦੇ ਥਰੂ ਅਤੇ ਤੁਸੀਂ ਆਹ ਬੁੱਕ ਕਰ ਦਿਓ ਅਤੇ ਫਿਰ ਉਹਨਾਂ ਨੇ ਕ੍ਰੋਸ ਚੈੱਕ ਕੀਤਾ ਕਿ ਹਾਂ ਆਹ ਫਲਾਈਟ ਜਿੱਦਾਂ ਮਾਲਦੀਵ ਦੇ ਥਰੂ ਜਾ ਰਹੀ ਹੈ ਕਿ ਨਹੀਂ ਜਾ ਰਹੀ ਜਾਂ ਉਹ ਟੋਰਾਂਟੋ ਪਹੁੰਚ ਰਹੀ ਹੈ ਕਿ ਨਹੀਂ ਦੈਨ ਉਹਨਾਂ ਨੇ ਉਹ ਬੁੱਕ ਕਰਤੀ ਅਤੇ ਜਿਹੜੀ ਮੈਨੂੰ ਦਿੱਕਤ ਆਈ ਸੀ ਇੰਡੀਆ ਦੇ ਵਿੱਚ ਉਹ ਆਈ ਸੀ ਜਦੋਂ ਮੈਂ ਆਪਣਾ ਚੈੱਕਇਨ ਤੋਂ ਪਹਿਲਾਂ ਨਾ ਤੁਹਾਨੂੰ ਇੰਡੀਗੋ ਦਾ ਇੱਕ ਡੈਸਕ ਹੁੰਦਾ ਆ ਜਿਵੇਂ ਉੱਥੇ ਤੁਹਾਨੂੰ ਆਪਣਾ ਡਾਕੂਮੈਂਟ ਜਿਹੜੇ ਆ ਉਹ ਚੈੱਕ ਕਰਾਉਣੇ ਹੁੰਦੇ ਆ ਅਤੇ ਉਹ ਤੁਹਾਡੇ ਪਾਸਪੋਰਟ ਦੇ ਪਿੱਛੇ ਸਲਿੱਪ ਦੇ ਨਾਲ ਓਕੇ ਲਿਖ ਦਿੰਦੇ ਸਲਿੱਪ ਲਾ ਕੇ ਓਕੇ ਲਿਖ ਦਿੰਦੇ ਆ ਦੈਨ ਤੁਸੀਂ ਆਪਣੇ ਬੈਗ ਚੈੱਕਇਨ ਕਰਾਉਣੇ ਹੁੰਦੇ ਆ ਅਤੇ ਫਿਰ ਉਹਨਾਂ ਨੇ ਜੋ ਮੇਰੇ ਡਾਕੂਮੈਂਟਸ ਦੇਖੇ ਉਹਨਾਂ ਨੇ ਪਹਿਲਾਂ ਮੈਨੂੰ ਟਿਕਟ ਵਾਲੇ ਤੁਹਾਨੂੰ ਅਫਕੋਰਸ ਕਹਿਣਗੇ ਕਿ ਤੁਸੀਂ ਉੱਥੇ ਕਹੋ ਕਿ ਅਸੀਂ ਅੱਗੇ ਟ੍ਰਾਂਜ਼ਿਟ ਨਹੀਂ ਕਰਨਾ ਕਿਉਂਕਿ ਟ੍ਰਾਂਜ਼ਿਟਸ ਮਤਲਬ ਇੰਡੀਗੋ ਵਾਲੇ ਕਹਿੰਦੇ ਕਿ ਟ੍ਰਾਂਜ਼ਿਟਸ ਜਿਹੜੇ ਆ ਉਹ ਅਲਾਊਡ ਨਹੀਂ ਹੈਗੇ ਇੰਡੀਆ ਵੱਲੋਂ ਅਤੇ ਸੋ ਉਹ ਤੁਹਾਨੂੰ ਇੱਦਾਂ ਕਹਿਣਗੇ ਕਿ ਤੁਸੀਂ ਰਿਟਰਨ ਟਿਕਟ ਉੱਥੇ ਦਿਖਾਇਓ ਇੱਕ ਡਮੀ ਟਿਕਟ ਸ਼ਾਇਦ ਜਨਰੇਟ ਕਰਨਗੇ ਅਤੇ ਇੱਕ ਰਿਜ਼ੋਰਟ ਦੀ ਵੀ ਡਮੀ ਟਿਕਟ ਜਨਰੇਟ ਕਰਨਗੇ ਉਹ ਗੈਪ ਫਿਲ ਕਰਨ ਲਈ ਅਤੇ ਤੁਸੀਂ ਉਹ ਉੱਥੇ ਦਿਖਾਉਣੀ ਹੈ ਮੇਰੀ ਵੀ ਬਣੀ ਹੋਈ ਸੀ ਅਤੇ ਮੈਂ ਉਹ ਸੇਮ ਰਿਜ਼ੋਰਟ ਦੀ ਨਹੀਂ ਸੀ ਜਿਹੜਾ ਮੇਰਾ ਸੇਮ ਹੋਟਲ ਸੀ ਬਟ ਮਤਲਬ ਜਿਹੜਾ ਡਮੀ ਟਿਕਟ ਸੀ ਅਤੇ ਜਿਹੜੀ ਮੇਰੀ ਅਸਲੀ ਬੁਕਿੰਗ ਸੀ ਉਹ ਸੇਮ ਹੋਟਲ ਦੀਆਂ ਨਹੀਂ ਸੀ ਡਮੀ ਫੋਰ ਐਗਜ਼ਾਮਪਲ ਇੱਦਾਂ ਨਹੀਂ ਹੁੰਦੀ ਕਿ ਮਤਲਬ ਤੁਸੀਂ ਤਾਂ ਆਫਕੋਰਸ ਪੇ ਨਹੀਂ ਕਰਨਾ ਬਟ ਉਹਨਾਂ ਨੇ ਬੁਕਿੰਗ ਕੀਤੀ ਹੁੰਦੀ ਬਟ ਉਹ ਆਫਕੋਰਸ ਫ੍ਰੀ ਕੈਂਸਲੇਸ਼ਨ ਹੁੰਦੀ ਹੈ ਅਤੇ ਉਹ ਕੈਂਸਲ ਕਰ ਦਿੰਦੇ ਆ ਅਤੇ
ਜਿਹੜੀ ਉਹ ਮੇਰੀ ਜਿਹੜਾ ਮੇਰਾ ਹੋਟਲ ਸੀਗਾ ਉਹ ਜਿਵੇਂ ਫੋਰ ਐਗਜ਼ਾਮਪਲ ਮੇਰਾ ਜਿਹੜਾ ਆਪਣਾ ਹੋਟਲ ਸੀ ਉਹ ਏਅਰਪੋਰਟ ਦੇ ਕਾਫੀ ਨਜ਼ਦੀਕ ਸੀ ਬਟ ਜਿਹੜੀ ਦੂਜੀ ਡਮੀ ਟਿਕਟ ਦੀ ਬੁਕਿੰਗ ਸੀਗੀ ਉਹ ਸੀ ਕਿਸੇ ਹੋਰ ਆਈਲੈਂਡ 'ਤੇ ਦੈਨ ਮੈਨੂੰ ਇੰਡੀਗੋ ਵਾਲਿਆਂ ਨੇ ਕਿਹਾ ਕਿ ਇਹ ਜਿਹੜੀ ਟਿਕਟ ਹੈ ਜਾਂ ਇਹ ਜਿਹੜੀ ਬੁਕਿੰਗ ਹੈ ਹੋਟਲ ਦੀ ਉਹ ਤੁਹਾਡੀ ਸੇਮ ਹੋਣੀ ਚਾਹੀਦੀ ਸੇਮ ਆਈਲੈਂਡ 'ਤੇ ਅਦਰਵਾਈਜ਼ ਤਾਂ ਅਸੀਂ ਤੁਹਾਨੂੰ ਅਲਾਓ ਨਹੀਂ ਕਰ ਸਕਦੇ ਅਤੇ ਮੈਂ ਘਬਰਾ ਗਿਆ ਮੈਂ ਕਿਹਾ ਹੁਣ ਫਸ ਗਿਆ ਸੀ ਹੁਣ ਤਾਂ ਮੈਂ ਕਿਹਾ ਮੈਂ ਗਿਆ ਜਾ ਹੀ ਨਹੀਂ ਸਕਦਾ ਦੈਨ ਫਿਰ ਮੈਂ ਘਰਦਿਆਂ ਨੂੰ ਫੋਨ ਕੀਤਾ ਦੈਨ ਮੈਂ ਆਪਣੇ ਮਾਮੂ ਨੂੰ ਫੋਨ ਕੀਤਾ ਅਤੇ ਕਿਉਂਕਿ ਅਸੀਂ ਟਿਕਟਸ ਉਹ ਮਾਮੂ ਨੇ ਮੇਰੀ ਕਰਵਾਈ ਸੀ ਕਿਉਂਕਿ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਹੈਗੇ ਆ ਟਿਕਟ ਵਾਲੇ ਉਹ ਜਾਣਦੇ ਸੀ ਅਤੇ ਫਿਰ ਉਹਨਾਂ ਨੇ ਮਾਮੂ ਨੇ ਕਿਤੋਂ ਓਨਰ ਦਾ ਨੰਬਰ ਨੰਬਰ ਲੱਭ ਕੇ ਫਿਰ ਉਹਨਾਂ ਦੇ ਮਤਲਬ ਉਸ ਕੰਪਨੀ ਦੇ ਓਨਰ ਉਹਨਾਂ ਨੂੰ ਜਾਣਦੇ ਸੀ ਅਤੇ ਓਨਰ ਨਾਲ ਗੱਲ ਕੀਤੀ ਕਿ ਇਹਨੂੰ ਇੱਦਾਂ ਪ੍ਰੋਬਲਮ ਆ ਰਹੀ ਹੈ ਅਤੇ ਓਨਰ ਵਾਜ਼ ਵੈਰੀ ਲਾਈਕ ਗੁੱਡ ਟੂ ਸਪੋਰਟ ਮੀ ਐਟ ਦੈਟ ਟਾਈਮ ਕਿਉਂਕਿ ਯਾਰ ਸਵੇਰੇ 6 ਵਜੇ ਤੁਹਾਡਾ ਕੌਣ ਫੋਨ ਚੱਕਦਾ ਬਟ ਉਹਨਾਂ ਨੇ ਫੋਨ ਚੱਕਿਆ ਅਤੇ ਉਹਨਾਂ ਨੇ ਮੈਨੂੰ ਫੋਨ ਆਇਆ ਉਹਨਾਂ ਨੇ ਫਿਰ ਮੈਂ ਉਹਨਾਂ ਦੀ ਗੱਲ ਕਰਾਈ ਕਿ ਇੱਦਾਂ ਇੱਦਾਂ ਮੈਨੂੰ ਦਿੱਕਤ ਆ ਰਹੀ ਹੈ ਅਤੇ ਇਹ ਕਹਿ ਰਹੇ ਕਿ ਸੇਮ ਆਈਲੈਂਡ 'ਤੇ ਤੁਹਾਡੀ ਬੁਕਿੰਗ ਹੋਣੀ ਚਾਹੀਦੀ ਹੈ ਹੋਟਲ ਦੀ ਅਤੇ ਫਿਰ ਉਹਨਾਂ ਨੇ ਮੇਰੀ ਮੈਨੂੰ ਅਰਾਊਂਡ 10-15 ਮਿੰਟ ਦੇ ਬਾਅਦ ਉਹ ਬੁਕਿੰਗ ਭੇਜਤੀ ਅਤੇ ਫਿਰ ਮੈਂ ਉਹ ਦਿਖਾ ਕੇ ਅੱਗੇ ਚਲਾ ਗਿਆ ਮਤਲਬ ਇੰਡੀਗੋ ਵਾਲੇ ਵੀ ਤੁਹਾਨੂੰ ਈਵਨ ਸਪੋਰਟ ਇੰਡੀਗੋ ਵਾਲੇ ਕਿ ਤੁਹਾਡਾ ਜਿਹੜੀ ਵੀ ਫਲਾਈਟ ਹੋਊਗੀ ਉਹ ਵੀ ਤੁਹਾਨੂੰ ਗਾਈਡ ਕਰਨਗੇ ਅਤੇ ਫਿਰ ਮੈਂ ਆਪਣੇ ਬੈਗ ਚੈੱਕ ਇਨ ਕੀਤੇ ਫਿਰ ਮੈਂ ਇਮੀਗ੍ਰੇਸ਼ਨ 'ਤੇ ਗਿਆ ਫਿਰ ਮੈਂ ਜਸਟ ਉੱਥੇ ਫਿਰ ਡਿਊਟੀ ਫ੍ਰੀ 'ਚ ਘੁੰਮੋ ਫਿਰ ਐਸ਼ ਕਰੋ ਫਿਰ ਤੁਸੀਂ ਅੱਗੇ ਜਾ ਸਕਦੇ ਆ ਬਾਕੀ ਇਹਦੀ ਡਿਟੇਲ ਵੀਡੀਓ ਜਿਹੜਾ ਡਿਊਟੀ ਫ੍ਰੀ ਦੇ ਸਿਨੇਮੈਟਿਕ ਸ਼ਾਰਟਸ ਜਾਂ ਜੋ ਵੀ ਆ ਮਤਲਬ ਸਾਰੀ ਇੱਕ ਡਿਟੇਲ ਵੀਡੀਓ ਜਿਹੜੀ ਹੈ ਉਹ ਮੇਰੇ ਹਿੰਦੀ ਚੈਨਲ 'ਤੇ ਹੋਊਗੀ ਅਤੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਉਹਨੂੰ ਪਲੀਜ਼ ਜਾ ਕੇ ਸਬਸਕ੍ਰਾਈਬ ਕਰੋ ਅਤੇ ਉੱਥੇ ਵੀਡੀਓਜ਼ ਦੇਖੋ ਅਤੇ ਫਿਰ ਮੈਂ ਆਪਣਾ ਮਾਲਦੀਵ ਦੇ ਵਿੱਚ ਇੱਕ ਦਿਨ ਰਿਹਾ ਮੇਰੇ ਹੋਟਲ ਵਾਲਿਆਂ ਨੇ ਮੇਰਾ ਉਹ ਕਰੋਨਾ ਟੈਸਟ ਕਰਵਾਤਾ ਹਰ ਇੱਕ ਹੋਟਲ ਦਾ ਅਲੱਗ ਅਲੱਗ ਚਾਰਜਿਸ ਹੁੰਦੇ ਕਰੋਨਾ ਟੈਸਟ ਦੇ ਮੇਰੇ ਵਾਲੇ ਦੇ ਜਿਹੜੇ ਹੋਟਲ ਦੇ ਚਾਰਜਿਸ ਸੀਗੇ ਉਹ ਸੀਗੇ ਅਰਾਊਂਡ $50 ਕਰੋਨਾ ਟੈਸਟ ਫੋਰ ਕਰੋਨਾ ਟੈਸਟ $50 ਦੈਨ ਉਹ $3 ਤੁਹਾਡੇ ਤੋਂ ਗ੍ਰੀਨ ਟੈਕਸ ਲੈਂਦੇ ਕਈਆਂ ਦਾ $100 ਵੀ ਸੀ ਕਰੋਨਾ ਟੈਸਟ ਦਾ ਕਈਆਂ ਦਾ $90 ਵੀ ਸੀ ਅਤੇ ਮੈਂ ਹਾਂ ਇੱਕ ਹੋਰ ਗੱਲ US ਡਾਲਰਸ ਦੀ ਕਰੰਸੀ ਜ਼ਰੂਰ ਕੈਰੀ ਕਰਿਓ ਕਿਉਂਕਿ ਉਹ ਸਟੈਂਡਰਡ ਕਰੰਸੀ ਹੈ ਬਾਰਿਸ਼ ਹੋਣ ਲੱਗ ਪਈ ਮੈਂ ਤੁਹਾਡੇ ਨਾਲ ਅੰਦਰ ਜਾ ਕੇ ਗੱਲ ਕਰਦਾ ਪੈ ਜਾਂਦਾ ਕੋਈ ਭਰੋਸਾ ਨਹੀਂ ਕਦੋਂ ਮੀਂਹ ਪੈ ਜਾਵੇ ਕਦੋਂ ਧੁੱਪ ਆ ਜਾਵੇ ਇੱਕ ਇੱਕ ਸਾਈਡ ਧੁੱਪ ਸੀਗੀ ਅਤੇ ਦੂਜੀ ਸਾਈਡ ਮੀਂਹ ਪੈਂਦਾ ਪਿਆ ਸੀ ਅਤੇ ਮੈਂ ਤੁਹਾਨੂੰ ਦੱਸਿਆ ਕਿ ਹਾਂ US ਡਾਲਰ ਜ਼ਰੂਰ ਕੈਰੀ ਕਰਿਓ ਕਿਉਂਕਿ ਉਹ ਸਟੈਂਡਰਡ ਕਰੰਸੀ ਆ ਤੁਹਾਡੇ ਹਰ ਪਾਸੇ ਚੱਲਣੀ ਹੈ ਤੁਸੀਂ ਈਵਨ ਕਿ ਆਪਣੇ ਜਿਹੜੀ ਕਰੋਨਾ ਟੈਸਟ ਦਾ ਉਹ ਹੋਊਗਾ ਫੀ ਹੋਊਗੀ ਉਹ ਵੀ ਤੁਸੀਂ ਉਹਦੇ ਮਤਲਬ US ਡਾਲਰ ਹੀ ਪੇ ਕਰਨੀ ਹੈ ਤੁਸੀਂ ਹੋਰ ਕੁਛ ਔਡਰ ਕਰਨਾ ਉਹ ਵੀ US ਡਾਲਰ ਚੱਲ ਜਾਂਦੇ ਆ ਬਾਕੀ ਤੁਸੀਂ ਉੱਥੇ ਜਾ ਕੇ ਕਰੰਸੀ ਵੀ ਐਕਸਚੇਂਜ ਕਰਾ ਸਕਦੇ ਇੱਕ ਇੰਡੀਅਨ ਰੁਪੀਜ਼ ਦੇ ਕੇ MVR 'ਚ ਕਨਵਰਟ ਕਰਾ ਸਕਦੇ ਮਾਲਦੀਵਨ ਕਰੰਸੀ 'ਚ ਮਾਲਦੀਵਨ ਰੂਫੀਆ ਕਹਿੰਦੇ ਉਹਨੂੰ ਸ਼ਾਇਦ ਅਤੇ ਮੇਰੇ ਨਾਲ ਦੇ ਕਈਆਂ ਨੇ ਵੀ ਮਤਲਬ ਕਰੰਸੀ ਕਈਆਂ ਨੇ ਕਨਵਰਟ ਕਰਾਈ ਕਈਆਂ ਨੇ ਨਹੀਂ ਕਰਾਈ ਸੋ ਟੋਟਲੀ ਤੁਹਾਡੀ ਚੋਇਸ ਹੈ ਬਟ ਆਈ ਵੁੱਡ ਐਡਵਾਈਸ ਯੂ ਕਿ ਤੁਸੀਂ US ਡਾਲਰ ਜ਼ਰੂਰ ਕੈਰੀ ਕਰੋ ਦੈਨ ਉਸ ਤੋਂ ਬਾਅਦ ਮਾਲਦੀਵ ਅਸੀਂ ਇੱਕ ਦਿਨ ਰਹੇ ਜੇ ਤੁਸੀਂ ਨੋਨ ਵੈਜ ਆ ਵੈਲ ਐਂਡ ਗੁੱਡ ਜੇ ਤੁਸੀਂ ਵੈਜ ਆ ਤਾਂ ਭੁੱਲ ਜਾਓ ਤੁਹਾਨੂੰ ਕੁਛ ਚਾਹੀਦਾ ਖਾਣ ਨੂੰ ਮਿਲੂਗਾ ਫਿਰ ਦੈਨ ਮਾਲਦੀਵਸ ਤੋਂ ਮੇਰੀ ਫਲਾਈਟ ਸੀ ਦੋਹਾ ਮੇਰਾ 2.5 ਘੰਟੇ ਦਾ ਸਟੇ ਸੀ ਦੈਨ ਦੋਹਾ ਤੋਂ ਮੇਰੀ ਫਲਾਈਟ ਸੀ ਡਿਊਬਲਿਨ ਅਤੇ ਮੇਰਾ 3.5 ਘੰਟੇ ਦਾ ਸਟੇ ਸੀ ਫਿਰ ਡਿਊਬਲਿਨ ਤੋਂ ਮੇਰੀ ਸੀ ਟੋਰੋਂਟੋ ਅਤੇ ਫਾਈਨਲੀ ਫਿਰ ਮੈਂ ਬਹੁਤ ਮਤਲਬ ਥੱਕਣ ਟੁੱਟਣ ਤੋਂ ਬਾਅਦ ਟੋਰੋਂਟੋ ਪਹੁੰਚਿਆ ਕਈਆਂ ਦੀ ਇੱਦਾਂ ਸੀ ਵੀ 8 ਘੰਟੇ ਦੋਹਾ 'ਤੇ ਸਟੇ ਸੀ ਦੈਨ ਉਹਨਾਂ ਦੀ ਡਾਇਰੈਕਟਲੀ ਟੋਰੋਂਟੋ ਸੀ ਬਟ ਮੇਰਾ ਉਸ ਤੋਂ ਬਾਅਦ 2.5 ਘੰਟੇ ਤੋਂ ਬਾਅਦ ਦੋਹਾ ਦੇ ਮੇਰਾ ਲਾਈਕ ਡਿਊਬਲਿਨ ਵਾਲੀ ਫਲਾਈਟ ਸੀਗੀ ਬਟ ਮੈਂ ਕਹੂੰਗਾ ਕਿ ਮੇਰੀ ਵਾਲੀ ਫਲਾਈਟ ਜ਼ਿਆਦਾ ਰਿਲਾਇਬਲ ਸੀ ਕਿਉਂਕਿ ਮੈਂ ਉਹਨੂੰ ਤੋਂ ਇੱਕ ਤਾਂ ਛੇਤੀ ਪਹੁੰਚ ਗਿਆ ਪਲੱਸ ਕੀ ਸੀ ਡਿਊਬਲਿਨ 'ਤੇ ਬਹੁਤ ਘੱਟ ਪੈਸੈਂਜਰ ਸੀਗੇ ਮਤਲਬ ਮੇਰੇ ਵਾਲੇ ਦਿਨ ਤੁਹਾਡਾ ਕਹਿ ਨਹੀਂ ਸਕਦੇ ਜੇ ਤੁਸੀਂ ਆਉਂਗੇ ਤਾਂ ਕਿੱਦਾਂ ਆਊਗਾ ਬਟ ਮੇਰੇ ਵਾਲੇ ਦਿਨ ਮੇਰੇ ਨਾਲ ਦੀ ਦੋਨੇ ਸੀਟਸ ਖਾਲੀ ਸੀ ਅਤੇ ਫਿਰ ਅਸੀਂ ਮੈਂ ਉੱਤੇ ਮਤਲਬ ਫੁੱਲੀ ਲਾਈਕ ਸੋ ਕੇ ਆ ਗਿਆ ਅਤੇ ਕਮਰ ਵਗੈਰਾ ਫੁੱਲ ਸਿੱਧੀ ਸੁੱਧੀ ਹੋ ਗਈ ਸਿੱਧੀ ਚਲੋ ਸੀਗੀ ਬਟ ਮਤਲਬ ਥਕਾਨ ਥਕੂਨ ਉੱਤਰ ਜਾਂਦੀ ਤੁਸੀਂ ਤੁਹਾਨੂੰ 3-4 ਘੰਟੇ ਵੀ ਨੀਂਦ ਆ ਜਾਵੇ ਅਤੇ ਰੈਸਟ ਵਧੀਆ ਹੋ ਜਾਂਦੀ ਹੈ ਪਲੱਸ ਕਤਰ ਏਅਰਵੇਜ਼ ਯਾਰ ਬੈਸਟ ਸਰਵਿਸਿਜ਼ ਲਾਈਕ ਨਾਈਟ ਦੀ ਫਲਾਈਟ ਸੀ ਸੋ ਉਹਨਾਂ ਨੇ ਆਪਾਂ ਨੂੰ ਆਈਜ਼ ਦੇ ਉਹ ਜਿਹੜੇ ਹੁੰਦੇ ਕੈਪ ਜੇ ਸੌਣ ਲਈ ਦਿੰਦੇ ਆ ਉਹ ਵੀ ਦਿੱਤੇ ਫੁੱਲ ਕਿੱਟ ਦਿੱਤੀ ਤੁਹਾਨੂੰ ਮਤਲਬ ਈਵਨ ਕਿ ਉਹ ਇੱਕ ਸ਼ੋਲ ਜਿਹਾ ਵੀ ਪ੍ਰੋਵਾਈਡ ਕਰਦੇ ਆ ਜੇ ਤੁਹਾਨੂੰ ਠੰਡ ਲੱਗੇ ਤੁਸੀਂ ਉਹ ਲੈ ਲਓ ਅਤੇ ਹਾਂ ਇੱਕ ਹੋਰ ਗੱਲ ਕੈਬਿਨ ਬੈਗ ਦੇ ਵਿੱਚ ਤੁਸੀਂ ਵੈਸੇ ਮੈਂ ਸਹੀ ਕਹਾਂ ਤਾਂ ਕੈਬਿਨ ਬੈਗ ਕਿਤੇ ਵੀ ਵੇ ਨਹੀਂ ਹੋਇਆ
ਉਹਨਾਂ ਨੇ ਕਿਤੇ ਵੀ ਉਹਦਾ ਵੇਟ ਨਹੀਂ ਕੀਤਾ ਅਤੇ ਤੁਸੀਂ ਜਿੰਨਾ ਮਰਜ਼ੀ ਭਰ ਕੇ ਲੈ ਆਓ, ਉਹਨਾਂ ਨੇ ਤੁਹਾਨੂੰ ਕੁਛ ਨਹੀਂ ਕਹਿਣਾ, ਕਿਤੇ ਵੀ ਤੁਹਾਡਾ ਉਹ ਵੇਟ ਨਹੀਂ ਹੋਣਾ। ਕਹਿੰਦੇ ਆ 7 ਕਿਲੋ 7 ਕਿਲੋ 7 ਕਿਲੋ, ਵੈਸੇ ਮੇਰੇ ਹਿਸਾਬ ਨਾਲ ਤਾਂ ਤੁਸੀਂ ਆਪਣੀ ਜੈਕਟਸ ਵਗੈਰਾ ਜਾਂ ਮੋਟਾ ਮੋਟਾ ਸਮਾਨ ਜਿਹੜਾ ਤੁਸੀਂ ਜੇ ਲੋੜ ਪਈ ਤਾਂ ਹੱਥ 'ਚ ਫੜ ਸਕਦੇ ਆ ਉਹੋ ਜਿਹਾ ਪਾ ਕੇ ਲਿਆਓ। 10 ਕਿਲੋ ਕਰਕੇ ਲਿਆਓ ਮੈਂ ਕਹੂੰਗਾ, 10 ਕਿਲੋ ਤਾਂ ਚਲੋ 8 ਕਿਲੋ 9 ਕਿਲੋ ਜਾਂ ਲੈ ਆਓ, ਮਤਲਬ ਤੁਹਾਡੀ ਮਰਜ਼ੀ। ਜੇ ਤੁਸੀਂ ਤੁਹਾਡੇ ਕੋਲ ਸਮਾਨ ਹੈਗਾ ਤੁਸੀਂ ਲਿਆ ਸਕਦੇ ਆ, ਇੱਦਾਂ ਕੋਈ ਡਰਨ ਵਾਲੀ ਗੱਲ ਨਹੀਂ, ਕਿਉਂਕਿ ਕਿਤੇ ਵੀ ਇੱਕ ਜਗ੍ਹਾ ਵੀ ਵੇਟ ਨਹੀਂ ਹੋਇਆ। ਹੁਣ ਆਪਾਂ ਆਉਂਦੇ ਹਾਂ ਇਮੀਗ੍ਰੇਸ਼ਨ 'ਤੇ। ਦੈਨ ਇਮੀਗ੍ਰੇਸ਼ਨ ਹਰ ਹਰ ਇੱਕ ਕੰਟਰੀ ਦੇ ਵਿੱਚ ਬਹੁਤ ਸਮੂਥ ਸੀ, ਬਹੁਤ ਛੇਤੀ ਹੋਈ। ਲਾਈਕ ਦੂਜਿਆਂ ਦਾ ਤਾਂ ਨਹੀਂ ਕਹਿ ਸਕਦਾ, ਮੈਨੂੰ ਉਹਨਾਂ ਨੇ ਇੱਕ ਵੀ ਸਿੰਗਲ ਕੁਸ਼ਚਨ ਨਹੀਂ ਪੁੱਛਿਆ ਕਿਸੇ ਵੀ ਇਮੀਗ੍ਰੇਸ਼ਨ ਨੇ। ਉਹਨਾਂ ਨੇ ਸਿਰਫ ਇਹ ਪੁੱਛਿਆ, ਆਰ ਯੂ ਗੋਇੰਗ ਫੋਰ ਸਟੱਡੀਜ਼ ਇਨ ਕੈਨੇਡਾ? ਆਈ ਸੈਡ ਯੈਸ, ਅਤੇ ਉਹਨਾਂ ਨੇ ਬਸ ਠੱਪਾ ਲਗਾਇਆ ਅਤੇ ਅੱਗੇ ਭੇਜ ਦਿੱਤਾ। ਬਸ ਉਹ ਤੁਹਾਡੀ ਡਾਕੂਮੈਂਟਸ ਬੜੇ ਧਿਆਨ ਨਾਲ ਵੈਰੀਫਾਈ ਕਰਦੇ, ਕਿਉਂਕਿ ਯਾਰ ਉਹਨਾਂ ਦੀ ਤਾਂ ਜੋਬ ਹੈ ਨਾ, ਉਹਨਾਂ ਨੂੰ ਕਰਨਾ ਪੈਂਦਾ। ਅਤੇ ਉਹ ਤੁਹਾਡੇ ਡਾਕੂਮੈਂਟਸ ਬੜੇ ਧਿਆਨ ਨਾਲ ਦੇਖਣਗੇ, ਆਪਣੇ ਡਾਕੂਮੈਂਟਸ ਸਹੀ ਲੈ ਕੇ ਆਇਓ, ਐਵਰੀ ਸਿੰਗਲ ਡਾਕੂਮੈਂਟ ਤੁਸੀਂ ਆਪਣੇ ਨਾਲ ਕੈਰੀ ਕਰਿਓ। ਅਤੇ ਫਿਰ ਸਭ ਤੋਂ ਜ਼ਿਆਦਾ ਇਮੀਗ੍ਰੇਸ਼ਨ ਟਾਈਮ ਜਿਹੜਾ ਲੱਗਦਾ ਸੀ ਉਹ ਸੀ ਕੈਨੇਡਾ 'ਚ। ਕੈਨੇਡਾ ਦੇ ਵਿੱਚ ਤੁਹਾਨੂੰ 2.5 ਤੋਂ 2 ਘੰਟੇ ਤਾਂ ਇਮੀਗ੍ਰੇਸ਼ਨ 'ਚ ਲਾ ਕੇ ਚੱਲੋ, ਮਤਲਬ ਤੁਹਾਨੂੰ ਇਕੱਲੇ ਨੂੰ ਨਹੀਂ, ਲਾਈਨ ਹੀ ਇੰਨੀ ਲੰਬੀ ਹੁੰਦੀ ਹੈ ਕਿ ਬਹੁਤ ਟਾਈਮ ਲੱਗਦਾ। ਫਿਰ ਇਕੱਲੇ ਇਕੱਲੇ ਬੰਦੇ ਦਾ ਉਹ ਲਾਈਕ ਅਰਾਊਂਡ, ਹਾਂ 10-15 ਮਿੰਟ ਤਾਂ ਕਿਤੇ ਨਹੀਂ ਗਏ ਨਾ ਤੁਹਾਡੇ, 15 ਮਿੰਟ ਤਾਂ ਮਿਨੀਮਮ ਹੈ ਇਮੀਗ੍ਰੇਸ਼ਨ 'ਤੇ ਲਗਾਉਣਗੇ ਹੀ ਲਗਾਉਣਗੇ, ਤੁਹਾਡੇ ਡਾਕੂਮੈਂਟਸ ਵੈਰੀਫਾਈ ਕਰਨਗੇ। ਅਤੇ ਜੇ ਤਾਂ ਤੁਹਾਡੇ ਕੋਲ ਸਹੀ ਡਾਕੂਮੈਂਟਸ ਹੋਣਗੇ ਤਾਂ ਅਫਕੋਰਸ ਤੁਹਾਨੂੰ ਸਟੱਡੀ ਪਰਮਿਟ ਦੇਣਗੇ। ਅਤੇ ਇੰਨਾ ਕੋਈ ਇਸ਼ੂ ਤਾਂ ਨਹੀਂ ਸੀ, ਮਤਲਬ ਸਾਡੇ, ਮਤਲਬ ਮੇਰੇ ਸਾਹਮਣੇ ਤਾਂ ਮੈਂ ਕਿਸੇ ਨੂੰ ਇੱਦਾਂ ਨਹੀਂ ਦੇਖਿਆ ਕਿ ਕਿਸੇ ਨੂੰ ਉਹਨਾਂ ਨੇ ਮੋੜਤਾ ਜਾਂ ਮਨਾ ਕਰਤਾ ਸਟੱਡੀ ਪਰਮਿਟ ਦੇਣ ਤੋਂ। ਮੋਸਟਲੀ ਸਾਰਿਆਂ ਨੂੰ ਹੀ, ਮੇਰੇ ਖਿਆਲ ਨਾਲ ਜਿੰਨੇ ਮੇਰੇ ਅੱਗੇ ਸੀਗੇ ਸਾਰਿਆਂ ਨੂੰ ਸਟੱਡੀ ਪਰਮਿਟ ਮਿਲ ਗਿਆ ਅਤੇ ਈਜ਼ੀਲੀ ਉਹ ਚਲੇ ਗਏ ਸਾਰੇ। ਬਸ ਇਹ ਆ ਕਿ ਕਈਆਂ ਨੂੰ ਕੁਸ਼ਚਨ ਜ਼ਿਆਦਾ ਪੁੱਛ ਲੈਂਦੇ ਆ, ਡਾਕੂਮੈਂਟ ਜ਼ਿਆਦਾ ਕਹਿਣ ਨੂੰ ਦਿਖਾਉਂਦੇ ਆ ਕਿ ਤੁਸੀਂ ਆਹ ਆਪਣਾ ਪੋਰਟਲ ਖੋਲ੍ਹ ਕੇ ਦਿਖਾਓ, ਅਤੇ ਆਪਣਾ ਹਾਂ ਕਾਲਜ ਦਾ ਪੋਰਟਲ ਜ਼ਰੂਰ ਸਿੱਖ ਲਿਓ ਕਿੱਦਾਂ ਖੋਲ੍ਹਣਾ, ਜਾਂ ਪਾਸਵਰਡ ਵਗੈਰਾ ਆਪਣਾ ਨਾਲ ਲੈ ਕੇ ਆਇਓ ਅਤੇ ਉਹਨੂੰ ਚਲਾਉਣਾ ਸਿੱਖ ਲਿਓ ਕਿੱਦਾਂ ਆਪਣਾ ਕਾਲਜ ਦਾ ਪੋਰਟਲ, ਕਿਉਂਕਿ ਕਈ ਵਾਰ ਉਹ ਤੁਹਾਨੂੰ ਕਹਿ ਦਿੰਦੇ ਆ ਵੀ ਕਾਲਜ ਦਾ ਪੋਰਟਲ ਖੋਲ੍ਹ ਕੇ ਦਿਖਾਓ, ਆਪਣਾ ਸਕੈਡਿਊਲ ਦਿਖਾਓ। ਅਤੇ ਜੇ ਤੁਹਾਡਾ ਅੱਗੇ ਵਾਲਾ ਇਨਟੇਕ ਹੈ ਜਨਵਰੀ ਜਾਂ ਸਪਟੈਂਬਰ, ਜਿਹੜਾ ਵੀ ਇਨਟੇਕ ਹੈ ਜਿਹੜਾ ਹਲੇ ਆਉਣਾ ਹੈ, ਅਤੇ ਉਹਦੇ 'ਚ ਤਾਂ ਤੁਹਾਡਾ ਸਕੈਡਿਊਲ ਜੇ ਨਾ ਹੋਇਆ ਤਾਂ ਐਡਾ ਕੋਈ ਇਸ਼ੂ ਨਹੀਂ ਹੈ। ਲਾਸਟ ਚੀਜ਼ ਕਿ ਮੈਨੂੰ ਕੋਸਟ ਕਿੰਨੀ ਪਈ ਮੇਰੇ ਇਸ ਟ੍ਰਿਪ ਦੀ, ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੈਨੂੰ ਇਹਦੀ ਕੋਸਟ ਅਰਾਊਂਡ ਪਈ 165, ਜਿਹੜੀ ਮੈਂ ਏਜੰਟ ਤੋਂ ਕਰਾਈ। ਜੇ ਮੈਂ ਇਨ ਟੋਟਲ ਲਾਵਾਂ ਕਿ ਮੇਰਾ ਕਿੰਨਾ ਖਰਚਾ ਹੋਇਆ, ਲਾਈਕ ਮੈਂ ਦਿੱਲੀ ਤੋਂ ਮਾਲਦੀਵਸ ਤੱਕ ਤੁਹਾਡਾ ਸਿਰਫ 30 kg ਅਲਾਊਡ ਹੋਊਗਾ। ਜੇ ਤੁਸੀਂ 2 ਵੱਡੇ ਚੈਕਿੰਗ ਬੈਗਸ ਲੈ ਕੇ ਆਉਣ ਲੱਗੇ ਹਾਂ, ਅਤੇ ਮੈਂ ਲਿਆਉਂਦੇ ਸੀ ਲਾਈਕ ਮੇਰਾ ਸੀਗਾ ਅਰਾਊਂਡ 44 kg ਇਨ ਟੋਟਲ ਸੀਗੇ ਦੋਨਾਂ ਬੈਗਸ ਦੇ, ਅਤੇ ਮੇਰਾ 14 kg ਉੱਤੇ ਸੀਗਾ। ਅਤੇ ਫਿਰ ਮੈਂ ਉੱਥੇ 7350 ਪੇ ਕੀਤੇ ਸੀ, ਹਾਂ 7350 ਪੇ ਕੀਤੀ ਸੀ ਇੰਡੀਆ 'ਚ। ਉਸ ਤੋਂ ਅੱਗੇ ਮੇਰਾ ਫ੍ਰੀ ਸੀਗਾ ਲਾਈਕ 23 ਈਚ, ਅਤੇ ਉਸ ਤੋਂ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਆਈ, ਬਸ ਉੱਥੇ ਮੈਂ ਪੇ ਕੀਤੇ। ਅਤੇ ਇਨ ਟੋਟਲ ਤੁਹਾਡਾ ਖਰਚੇ ਖੁਰਚੇ ਪਾ ਕੇ 180-190 ਲੱਗ ਜਾਂਦਾ। ਸੋ ਇਨ ਟੋਟਲ ਮੇਰਾ ਖਰਚਾ 165 ਦੇ ਆਉਂਦਾ। ਮੈਂ ਤੁਹਾਨੂੰ ਇਹੀ ਕਹੂੰਗਾ ਕਿ ਤੁਹਾਨੂੰ ਘਬਰਾਉਣ ਵਗੈਰਾ ਦੀ ਕੋਈ ਲੋੜ ਨਹੀਂ ਹੈਗੀ, ਬੜਾ ਹੀ ਈਜ਼ੀਲੀ ਸਾਰਾ ਕੁਛ ਹੋ ਜਾਂਦਾ ਆ। ਅਤੇ ਇਹ ਜੇ ਤੁਸੀਂ ਇਕੱਲੇ ਆ ਰਹੇ ਘਬਰਾਇਓ ਨਾ, ਕਿਉਂਕਿ ਮੈਂ ਵੀ ਇਕੱਲੇ ਆਇਆ ਵਾਂ, ਅਤੇ ਤੁਹਾਨੂੰ ਬਹੁਤ ਸੇ ਤੁਹਾਡੇ ਫਰੈਂਡਸ ਬਣ ਜਾਂਦੇ ਤੁਹਾਡੇ ਰਸਤੇ, ਬਹੁਤ ਸਟੂਡੈਂਟਸ ਆ ਰਹੇ ਆ, ਅਤੇ ਮੇਰੇ ਐਕਚੁਲੀ ਬਹੁਤ ਵਧੀਆ, ਮਤਲਬ ਗੱਲਬਾਤ ਤਾਂ ਕਈ ਬਹੁਤ ਵਧੀਆ ਬੰਦੇ ਹੁੰਦੇ ਤੁਹਾਡੇ ਰਸਤੇ 'ਚ, ਅਤੇ ਸੌਖਾ ਸਫ਼ਰ ਲੰਘ ਜਾਂਦੇ। ਸੋ ਕਮਿਊਨੀਕੇਸ਼ਨ ਸਕਿੱਲਸ ਤੁਹਾਡੀ ਵਧੀਆ ਹੈਗੀ, ਕਈ ਵਿੱਚੋਂ ਸੀਗੇ ਕਿ ਮਤਲਬ ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਆਪਣੇ ਕੋਰਨਰਸ 'ਚ ਬੈਠੇ ਹੋਏ, ਅਤੇ ਉਹ ਤਾਂ ਫਿਰ ਕੋਈ ਫਾਇਦਾ ਨਹੀਂ ਨਾ ਉਸ ਚੀਜ਼ ਦਾ। ਬਟ ਮੈਂ ਤੁਹਾਨੂੰ ਇਹ ਕਰੂੰਗਾ, ਐਡਵਾਈਸ ਕਰੂੰਗਾ ਕਿ ਤੁਸੀਂ ਜ਼ਰੂਰ ਕਿਸੇ ਨਾਲ ਗੱਲ ਕਰੋ, ਕਿਉਂਕਿ ਅੱਗੇ ਵੀ ਕੰਮ ਆਉਂਦੇ ਆ ਚੀਜ਼। ਕਿ ਮੈਂ ਹਾਂ ਇੱਕ ਹੋਰ ਚੀਜ਼ ਦੱਸਾਂ ਕਿ ਕਤਰ ਏਅਰਵੇਜ਼ ਦਾ ਸਾਨੂੰ ਇੱਕ ਕੰਸੈਂਟ ਫਾਰਮ ਦੇਣਾ ਸੀ ਮਾਲਦੀਵਸ 'ਚ ਸ਼ਾਇਦ, ਹਾਂ ਮਾਲਦੀਵਸ, ਹਾਂ ਮਾਲਦੀਵਸ ਦੇ ਵਿੱਚ ਡਿਪਾਰਚਰ ਦੇ ਟਾਈਮ ਅਸੀਂ ਇੱਕ ਕੰਸੈਂਟ ਫਾਰਮ ਦੇਣਾ ਸੀ, ਅਤੇ ਮੈਨੂੰ ਉਹਦੇ ਬਾਰੇ ਨਹੀਂ ਪਤਾ ਸੀ। ਅਤੇ ਕਿਉਂਕਿ ਕਈਆਂ ਦੇ ਏਜੰਟਸ ਦਿੰਦੇ ਆ ਅਤੇ ਕਈਆਂ ਦੇ ਨਹੀਂ ਦਿੰਦੇ, ਬਟ ਜਦੋਂ ਮੈਂ ਕਈਆਂ ਬੱਚਿਆਂ ਨਾਲ ਗੱਲ ਕੀਤੀ ਜਿਹੜੇ ਉੱਥੇ ਸੀਗੇ ਐਟ ਦੈਟ ਟਾਈਮ, ਅਤੇ ਉਹ ਕੁਛ ਬੱਚਿਆਂ ਦੇ ਏਜੰਟਸ ਨੇ ਉਹਨਾਂ ਨੂੰ ਦਿੱਤਾ ਹੋਇਆ ਸੀ ਕੰਸੈਂਟ ਫਾਰਮ। ਦੈਨ ਫਿਰ ਜਦੋਂ ਮੈਂ ਗੱਲ ਕੀਤੀ ਉਹ ਕਹਿੰਦੇ ਇੱਦਾਂ ਕੰਸੈਂਟ ਫਾਰਮ ਦਾ ਕੁਛ ਇੱਦਾਂ ਹੈ, ਅਤੇ ਫਿਰ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਆਪਣੇ ਏਜੰਟ ਦੇ ਨਾਲ, ਉਹਨਾਂ ਨੇ ਮੈਨੂੰ ਕੰਸੈਂਟ ਫਾਰਮ ਭੇਜਤਾ ਅਤੇ ਮੈਂ ਉੱਥੇ ਫਿਲ ਕਰਕੇ ਦੇ ਦਿੱਤਾ। ਬਾਕੀ ਇੰਨਾ ਕੋਈ ਇਸ਼ੂ ਨਹੀਂ ਸੀ ਕੰਸੈਂਟ ਫਾਰਮ ਦਾ, ਉਹ ਤੁਹਾਨੂੰ ਏਅਰਪੋਰਟ 'ਤੇ ਵੀ ਮਿਲਦਾ ਸੀ। ਬਸ ਇਹ ਆ ਕਿ ਇਹ ਮੈਂ ਕਹੂੰਗਾ ਕਿ ਜ਼ਰੂਰ ਬੱਚਿਆਂ ਨਾਲ ਕਮਿਊਨੀਕੇਟ ਕਰੋ, ਬਹੁਤ ਹੈਲਪ ਹੁੰਦੀ ਹੈ ਅਤੇ ਸਾਥ ਵੀ ਮਿਲ ਜਾਂਦਾ। ਦੈਟਸ ਆਲ ਫੋਰ ਟੂਡੇਜ਼ ਵੀਡੀਓ, ਅਤੇ ਤੁਸੀਂ ਜ਼ਰੂਰ ਮੇਰੀ
वीडियोज़ जाके उस चैनल पर देखो, तुहानू बहुत हेल्प होएगी। सो बाय बाय फॉर नाउ।